ਅਸਲਾਮ ਵਾਲੇਕੁਮ ਜੀ ਪਾਕਿਸਤਾਨ ਕਿਸਾਨ ਆਟੋ ਆਰਗੇਨਾਈਜੇਸ਼ਨ ਵਿੱਚ ਖੁਸ਼ ਆਮਦੀਦ ਤੇ ਆਦਮ ਟਰੈਕਟਰ ਦੇ ਵਿੱਚ ਵੀ ਖੁਸ਼ ਆਮਦੀਦ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਸਰਗੋਦਾ ਮਾਰਕੀਟ ਦੇ ਵਿੱਚ ਪੁਰਾਣੇ ਟਾਇਰ ਜਿਹੜੇ ਨੇ ਕਬਾੜ ਦੇ ਉਹਨਾਂ ਦੇ ਦੱਸਾਂਗੇ ਕਿ ਕਿਸ ਤਰੀਕੇ ਨੇ ਕੀ ਰੇਡ ਨੇ ਉਹਨਾਂ ਦੇ ਖਰਾਬ ਵੀ ਮਿਲਦੇ ਨੇ ਟੱਕ ਵਾਲੇ ਜਾਂ ਬੀਪੇਰ ਉਹਨਾਂ ਦੇ ਮੁਕੰਮਲ ਇਨਫੋਰਮੇਸ਼ਨ ਦੇਣੇ ਆ ਸਾਡੇ ਨਾਲ ਹੈ ਸਲਾਮ ਅਲੈਕੁਮ ਅਸਲਾਮ ਅਲੈਕੁਮ ਜੀ ਵੈਲਕਮ ਸਲਾਮ ਭਾਈ ਕੀ ਨਾ ਹੈ ਜਜ਼ਵਾਨ ਭਾਈ ਜਾਨ ਅੱਛਾ ਇਹਦੇ ਟਾਇਰਾਂ ਦੇ ਬਾਰੇ ਦੱਸਿਆ ਜੀ ਕਿੰਨੇ ਕਿਸਮ ਦੇ ਹੁੰਦੇ ਨੇ ਜੀ ਇਹ ਟਾਇਰ ਹੈਗੀ 13 ਨੇ ਗੱਡੀ ਹੈਗੀ ਬਾਦਾਂ ਨੇ ਇਹ ਥੋੜੇ ਕਟਾ ਹੈ ਮਰਮਦ ਇਹ ਮਿਲੇਗੀ ਆਪਕੋ 45000 ਰੁਪਏ ਕੀ ਇਹ ਹਨ ਨੀ ਸਾਰਾ ਤੇ 10 ਹਨ 8 ਹਨ 8 ਹਨ ਤਕਰੀਬਨ 8 ਹਨ 12 ਹਨ ਤੇ ਇਹ ਥੋੜੇ ਮਰਮਤ ਹੈਗੇ ਇਹ ਮਿਲenge ਉਗੋ 45000 ਰੁਪਏ ਖਲ-ਖਲ ਕਰਟ ਹੈਗਾ ਮਾਮੂਲੀ ਇਹ 16 ਦੇ ਨੇ ਜੀ ਜੀ 16 ਦੇ ਭਾਈ ਜਾਨ ਕਿਹਨੇ ਟਰੈਕਟਰ ਨੂੰ ਪਹਿਨੇ ਸਨ ਟਰੈਕਟਰ ਇਹ ਭਾਈ ਜਾਨ 265 ਲਾ ਲਓ 375 ਲਾ ਲਓ 640 640 ਲਾ ਲਓ 640 ਲਾ ਲਓ ਅੱਛਾ ਉਸ ਬਾਅਦ ਇਹ 240 ਦੀ ਹੈ ਮੇਰਾ ਖਿਆਲ ਹੈ ਜੀ ਇਹ 240 ਜੋੜੀ ਹੈਗੀ ਇਹ ਮਿਲੇਗੀ ਤੁਹਾਨੂੰ 5000 ਰੁਪਏ ਦੀ ਜੋੜੀ ਇਹਨੂੰ ਕੋਈ ਕੱਟ ਸ਼ਟ ਕਿਤੇ ਲੱਗੀ ਬਿਲਕੁਲ ਬਿਦਾਗ 16 ਨੇ ਟਾਇਰ ਭਾਈ ਜਾਨ ਇਹ ਲੋ ਜੀ ਇਹ ਦੋਸਤੋ ਜਨਰਲ ਦੇ ਟਾਇਰ ਜੇ 7 ਨੇ ਯਾ 8 ਨੇ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਅਗਰ ਕਟ ਸ਼ਟ ਹੋਏਗਾ ਫਿਰ ਵੀ ਦੱਸ ਦੇਣਗੇ ਦੋਸਤ ਇਹ ਰੇਟ ਵੀ ਤੁਹਾਨੂੰ ਪਤਾ ਲੱਗ ਚੁੱਕਿਆ ਹੋਵੇ ਇਹ ਤੁਸੀਂ 480 ਨੂੰ ਵੀ ਪਾ ਸਕਦੇ ਹੋ 240 ਨੂੰ ਵੀ ਪਾ ਸਕਦੇ ਹੋ ਇਹ 16 ਦਾ ਟਾਇਰ ਹੈ ਜੀ ਇਹ ਵੀ 265 ਨੂੰ 6 ਤੋਂ 40 ਨੂੰ ਜਿੰਨ ਮਰਜ਼ੀ ਤੁਸੀਂ ਲੈ ਸਕਦੇ ਹੋ 440 360 ਨੂੰ ਦੋਸਤੋ ਸੀਟ ਦਾ ਟਾਇਰ ਹੈ 16 ਦਾ 16 ਸਾਈਜ਼ ਦਾ ਤੇ ਇਹ ਕੀ ਰੇਟ ਹੈ ਇਹਨਾਂ ਦਾ ਇਹ ਮਿਲੇਗੀ ਤੁਹਾਨੂੰ ਜੋੜੀ ਮਿਲੇਗੀ ਤੁਹਾਨੂੰ 50000 ਰੁਪਏ ਦੀ 50000 ਰੁਪਏ ਦੀ ਉਸ ਤੋਂ ਬਾਅਦ ਅੱਗੇ ਆ ਜਾਓ ਜੀ ਇਹ ਟੈਕਸ ਲਗਾ 20 ਸਾਲ ਹੋ ਗਏ ਮੈਂ ਟੱਕਦੇ ਆ ਜਾਓ ਜੀ ਇਹ ਦੋਸਤੋ ਇਹ ਵੀ ਤੁਸੀਂ ਵੇਖ ਰਹੇ ਹੋ 12 ਸਾਈਜ਼ ਦੇ ਟਾਇਰ ਨੇ ਇਹਦਾ ਕੀ ਰੇਟ ਹੈ ਜੀ ਇਹ ਮਿਲेंगी ਤੁਹਾਨੂੰ 12000 ਰੁਪਏ ਦੇ ਪਾ ਜੀ ਇਹਨਾਂ ਨੂੰ ਕੁੱਟਾ ਗਈ ਕਟਕਸ਼ਾ ਇਹਨੂੰ ਕਾਟੇ ਹਲਕਾ ਜਾਂ ਕਿਹੜੀ ਜਿਤਨਾ ਕੱਟ ਹੈਗਾ ਇਹਨਾਂ ਨਾਲ ਸੂਈ ਦਾ ਕੱਟ ਹੈਗਾ ਬਸ ਜੀ ਠੀਕ ਹੋ ਗਿਆ ਅੱਗੇ ਆ ਜਾਓ ਜੀ ਇਹ ਰਿਮ ਵੀ ਆਕੇ ਨੇ ਵਿੱਚ ਜੀ ਰਿਮ ਨਹੀਂ ਤੁਸੀਂ ਆ ਜਾਓ ਅੱਗੇ ਮੈਂ ਤੁਹਾਨੂੰ ਦੱਸਦਾ ਆਂ ਆ ਜਾਓ ਆ ਜਾਓ ਦੋਸਤੋ ਅੱਛਾ ਅੱਗੇ ਆ ਗਏ ਜੀ ਇਹ ਵੀ 12 ਸਾਈਜ਼ ਦੇ ਟਾਇਰ ਨੇ ਇਹ ਕਿਹੜੀ نسل ਦੇ ਨੇ ਇਹ ਭਾਜਨ ਜੰਨਾ ਦੇ ਟਾਇਰ ਨੇ ਅਗੇ ਫਿਰ 480 ਦੇ ਲਾਓ 240 ਲਾਓ 135 ਲਾਓ ਇਹ ਮਿਲਣਗੇ ਤੁਹਾਨੂੰ 16 ਹਜ਼ਾਰ ਰੁਪਏ ਦੇ ਬਿਲਕੁਲ ਬੇਦਾਗ ਨੇ ਟਾਇਰ ਇਹ ਅੱਛਾ ਠੀਕ ਹੋ ਗਿਆ نسل ਜਿਹੜੀ ਦੱਸ ਦਿੱਤੀ ਜੋੜੀ ਦੀ ਕੀਮਤ ਜੀ ਅੱਛਾ ਆ ਫਰੰਟ ਟਾਇਰ ਹੈ ਜੀ ਇਹ ਕਿਹੜੇ ਸਾਈਜ਼ ਦਾ ਵੇ 640 ਦਾ ਟਾਇਰ ਹੈ ਜੀ ਇਹਨੂੰ ਹਲਕਾ ਜਿਹਾ ਪੀਸ ਲੱਗਾ ਹੋਇਆ ਹੈ ਜੀ ਬਿਲਕੁਲ ਟਾਇਰ ਫਰੈਸ਼ ਹੈ ਕਿ ਸਾਈਡ ਤੇ ਹਲਕਾ ਜਿਹਾ ਪੀਸ ਲੱਗਾ ਹੋਇਆ ਇਹ ਤੁਹਾਨੂੰ ਮਿਲੇਗਾ 3.5 ਹਜ਼ਾਰ ਰੁਪਏ ਦਾ ਇੱਕ ਹਾਂਜੀ ਇੱਕ ਇਹਦੇ ਨਾਲ ਦਾ ਦੂਸਰਾ ਵੀ ਮਿਲ ਜੇਗਾ ਜੀ ਦੂਜਾ ਹੀ ਮਿਲ ਜੇਗਾ ਜੀ ਠੀਕ ਹੋ ਗਿਆ ਇਹ ਫਾਈਨਲ ਰੇਟ ਨੇ ਕਮੀ ਬੇਸ਼ੀ ਹੋ ਜੇਗੀ ਅੱਛਾ ਇਹ ਟਾਇਰ ਕੁਝ ਕਾਫੀ ਗੁੱਡੀ ਦੇ ਨਜ਼ਰ ਆ ਰਹੇ ਨੇ ਜਰਨਲ ਦੇ ਟਾਇਰ ਨੇ ਜੀ ਜੀ ਇਹ ਜਨਰਲ ਟਾਇਰ ਨੇ ਸਾਫ ਰੋਡ ਚੱਲੇ ਹੋਏ ਨੇ 480 ਦੇ ਟਾਇਰ ਨੇ ਬਿਲਕੁਲ ਸਾਫੇ ਮਿਲenge ਤੁਹਾਨੂੰ 5000 ਰੁਪਏ ਤੇ ਇਹ 5000 ਰੁਪਏ ਦੇ ਉਸ ਤੋਂ ਬਾਅਦ ਅੰਦਰ ਆ ਜਾਂਦੇ ਨੇ ਜੀ ਐਮ ਆਰ ਐਫ ਦੇ 12 ਸਾਈਜ਼ ਦੇ ਵਿੱਚ 240 480 ਤੁਸੀਂ ਪਾ ਸਕਦੇ 135 ਵੀ ਪਾ ਸਕਦੇ ਹੋ ਇਹ ਇੱਕ ਇਧਰੇ ਮੁਰੰਮਤ ਹੈਣ ਜੀ ਹਾਂ ਜੀ ਬਿਲਕੁਲ ਬੇਦਾਗ ਮਿਲenge ਤੁਹਾਨੂੰ 480 ਦੇ ਬਿਲਕੁਲ ਨਵੇਂ ਟਾਇਰ ਨੇ 0 ਮੀਟਰ ਇਹ ਟੂਪਾ ਨੇ ਬਿਲਕੁਲ ਸਾਫ 0 ਮੀਟਰ ਤਾਂ ਕੋਈ ਹੈ ਜੋ ਵੀ ਗੁੱਡੀ ਹੈ ਹਾਂ ਉਹ ਦੱਸੋ ਨਾ ਤੁਸੀਂ ਉਸ ਤੋਂ ਬਾਅਦ ਅੱਗੇ ਆ ਜਣੇ ਜੀ 12 4 28 ਫਿਰ ਟਾਇਰ ਆਗੇ ਜੀ ਐਮ ਆਰ ਐਫ ਦੇ ਹਾਂਜੀ ਜੀ ਜਿੱਥੇ ਕੱਟ ਹੈ ਉਹਦਾ ਕੱਟ ਵੀ ਦੱਸਣਾ ਵੇ ਜਿਹੜੇ ਦਾਗ ਹੀ ਨੇ ਉਹ ਦਾਗੀ ਦੱਸਣਾ ਹੈ ਜਿਹੜੇ ਸਹੀ ਨੇ ਉਹਦਾ ਸਹੀ ਦੱਸਣਾ ਵੇ ਏ ਜਿਹੜੇ ਨੇ ਇਹ ਦਾਗ ਹੀ ਨੇ ਜਾਂ ਕੁ ਸਾਫ ਨੇ ਬਿਲਕੁਲ ਸਾਫ ਕੋਈ ਕੀੜੀ ਜਿਤਨਾ ਕੋਈ ਨੁਕਸ ਨਹੀਂ ਬਿਲਕੁਲ ਸਾਫ ਮਿਲੇਗਾ ਤੁਹਾਨੂੰ 48000 ਰੁਪਏ ਦਾ ਜੋੜਾ ਉਹ ਤੇ ਇਹ ਯਾਨੀ ਦੋਵੇਂ ਜੋੜੀ 48 48000 ਰੁਪਏ ਦੀ ਤੁਹਾਨੂੰ ਮਿਲੇਗੀ ਟੂਪਾਂ ਸਮੇਤ ਜਾਂ ਟੂਪਾਂ ਤੋਂ ਬਗੈਰ ਟੂਪਾਂ ਸਮੇਤ ਮਿਲੇਗੀ ਭਾਈ ਜਾਂ ਇਹਦੇ 48000 ਦੇ ਵਿੱਚ ਟੂਪਾਂ ਹੋਣਗੀਆਂ ਜੀ ਜੀ ਟੂਪਾਂ 0 ਮੀਟਰ ਜਾਂ ਸੈਕੰਡ ਹੈਂਡ ਨਾ ਨਹੀਂ ਜਿਹੜੀਆਂ ਨਿਕਲੀਆਂ ਭਾਜੀ ਇੱਕ ਅੱਧਾ ਪੈਂਚਰ ਹੋਣਾ ਬਸ ਠੀਕ ਹੋ ਗਿਆ ਸ਼ਾਇਦ ਭਾਈ ਥੋੜਾ ਜਿਹਾ ਅੱਗੇ ਆ ਜੰਨੇ ਆ ਅੱਗੇ ਆਗੇ ਜੀ ਇਹ ਕਿਹੜੀ نسل ਦੇ ਨੇ ਜੀ ਗੁਡੀਅਰ ਲੋ ਜੀ ਇਹ ਵੀ ਹੈ ਜੇ ਸ਼ਕਲ ਗੁਡੀਅਰ ਦੀ ਹੈ ਲੇਕਿਨ ਇਹ ਮੇਡ ਇਨ ਅੱਛਾ ਕਿਹੜੀ ਨਸਲ ਜੇ ਇਹ ਭਾਜੀ ਗੁਡੀਅਰ ਦੇ ਟਾਇਰ ਨੇ ਬਹੁਤ ਅੱਛੇ ਟਾਇਰ ਨੇ ਜਿਹੜੇ ਬਣਾਏ ਨੇ ਇਹ ਮਿਲenge ਤੁਹਾਨੂੰ 55000 ਰੁਪਏ ਤੇ ਅੱਛਾ ਇਹ ਜੋੜੀ ਹੈ ਸ਼ਾਹਦ ਭਾਈ ਇੱਕ ਆਜ ਹੈ ਟਾਇਰ ਇੱਕ ਆਜ ਹੈ ਇਹ 55 ਇਹ ਫਾਈਨਲ 55 ਕਮੀ ਬੇਸ਼ੀ ਹੋਏਗੀ ਆਦ ਆ 2000 ਰੁਪਏ ਦੀ ਹੋ ਜਾਏਗਾ ਨਾ ਜੀ ਕੋਈ ਕਟਨੀ ਤੁਹਾਡੇ ਘਰ ਜਾ ਕੇ ਵੀ ਮਰਮਤ ਦਿਖਲੇ ਬਣਾ ਜਾਣ ਜਾਂਦਾ ਖਰਚਾ ਸਾਡਾ ਜੀ ਠੀਕ ਹੋ ਗਿਆ ਉਸ ਤੋਂ ਬਾਅਦ ਸ਼ਾਹਦ ਭਾਈ ਇਹ ਤਾਂ ਪਲੇਨ ਟਾਇਰਾਂ ਦਾ ਕਿੰਨਾ ਕੁ ਰੇਟ ਆ ਆ ਜਿਹੜੇ ਆ 16 ਸਾਈਜ਼ ਦੇ ਨੇ ਹਾਂਜੀ ਇਹ 18 ਦੇ ਜੀ 18 ਦੇ ਅੱਛਾ ਇਹ ਮਿਲेंगे ਤੁਹਾਨੂੰ 13000 ਰੁਪਏ ਦੇ ਫਾਈਨਲ ਜੋੜੀ ਜੀ ਜੀ ਜੋੜੀ ਇਹਨੂੰ ਕੋ ਕੱਟ ਛੱਟ ਬਾਜੀ ਹਲਕਾ ਬੁਲਕਾ ਕੱਟ ਹੋਣਾ ਬਸ ਹੋਰ ਕੋਈ ਨਹੀਂ ਯਾਨੀ ਕੱਟ ਹੋਏਗਾ ਜੀ ਜੀ ਕੱਟ ਹੋਏਗਾ ਗੁਜ਼ਾਰੇ ਵਾਲਾ ਟਰਾਲੀ ਵਾਲਾ ਕੰਮ ਨਹੀਂ 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 ਉਹ ਕੋ ਨਹੀਂ ਤੇ ਹੱਲਾ ਤੇ ਉੰਜ ਨਹੀਂ ਚੱਲਣਗੇ ਹੱਲਾ ਤੁੰਜੇ ਚੱਲੇ ਸਲਿੱਪ ਮਾਰਨਗੇ ਜੀ ਜੀ ਅੱਛਾ ਸ਼ਾਹਦ ਭਾਈ ਅੱਗੇ ਆ ਜਾਓ ਇਹ ਅੱਛਾ ਰਿਮ ਐ ਵੇਖੋ ਇਹ ਕਿਹੜੇ 14 ਸਾਈਜ਼ ਦੇ ਨੇ ਨਹੀਂ ਇਹ ਫੀਟ 480 ਦੇ ਜਨਰਲ ਟਾਇਰ ਨੇ ਇਹ 12 ਨੇ 14 ਸਾਈਜ਼ ਦੇ ਨੇ 12 ਦੇ 12 ਸਾਈਜ਼ ਦੇ ਇਹ ਜਨਰਲ ਟਾਇਰ ਨੇ ਇਹ ਰਿਮ ਸਮੇਤ ਕਿਉਂ ਪਿਆ ਇਹ ਰਿਮ ਸਮੇਤ ਬਾਜੀ ਅੰਜ ਲੀਸ ਟਪਣੀਆਂ ਚ ਲਈਆਂ ਨੇ 55000 ਰੁਪਏ ਦੀਆਂ ਇਹ ਜੋੜੀ ਏ ਹਾਂਜੀ ਜੋੜੀ ਏ ਦੋ ਰਿਮ ਨੇ ਖਰਾਬ ਨੇ ਸਿਰਫ ਟਾਇਰ ਲੱਗਨੇ ਤੁਲਨੇ ਨੇ ਬਾਜੀ ਰਿਮ 5-6000 ਰੁਪਏ ਦੇ ਬਾਕੀ ਵੇਲੇ ਤੁਹਾਨੂੰ ਪਿੱਛੇ ਤੇ ਕਿੰਨੇ ਦੇ ਰਹਿ ਅੱਛਾ ਟਾਇਰ ਇਹ ਕਿੰਨੇ ਦੇ ਨੇ ਇਹ ਟਾਇਰ ਤੁਹਾਨੂੰ ਮਿਲेंगे ਫਾਈਨਲ ਮਿਲेंगे ਜੀ ਬਾਜੀ ਇਹ ਤੁਹਾਨੂੰ 48000 ਦੇ ਦੇ ਦਾਂਗੇ ਤੇ ਲੈ ਕਿੰਨੇ ਦੇ ਜੇ ਇਹ ਲੈ ਨੇ 55000 ਰੁਪਏ ਤੇ ਤੇ ਅੱਛਾ ਠੀਕ ਹੋ ਗਿਆ ਰੇਮ ਵਿੱਚ ਕੱਢ ਕੇ ਤੇ ਉਹਦਾ ਕੈਲਕੂਲੇਸ਼ਨ ਹੈ ਅੱਛਾ ਅੱਗੇ ਆ ਜਾਂਦੇ ਜੀ ਇਹ ਜੋੜੀ ਕਿਹੜੀ ਪਈ ਹੈ ਇਹ ਭਾਜੀ 16 ਦੀ ਜੋੜੀ ਪਈ ਹੈ ਐ ਵਖਾਉ ਜੀ ਜਨਰਲ ਮੇਰਾ ਖਿਆਲ ਹੈ ਨਹੀਂ ਜੀ ਇਹ ਮੇਰੇ ਕੋਲ ਵੀ ਪੈਂਥਰ ਹੈ ਜੀ ਪੈਂਥਰ ਦੀ ਅੱਛਾ ਪੈਂਥਰ ਦੇ ਵਿੱਚ ਇਹਨਾਂ ਨੂੰ ਕੋਈ ਕੱਟ ਛੱਟ ਭਾਜ ਇਹਨ ਕੋਈ ਕਿਹੜੀ ਕੋਈ ਕਿਸੇ ਕਿਸਮ ਦਾ ਕੱਟ ਕੋ ਨਹੀਂ ਇਹਨੂੰ ਇਹਦਾ ਕੀ ਰੇਟ ਜੇ ਇਹ ਮਿਲੇਗੀ ਤੁਹਾਨੂੰ 42000 ਰੁਪਏ ਦੀ ਫਾਈਨਲ ਦੱਸ ਦੇ ਉਹ ਵੀ ਵਾਅਦੇ ਘਾਟੇ ਦਸੀ ਜ਼ਿੰਮੇਦਾਰ ਨਹੀਂ ਕੋ ਹਾਂਜੀ ਇਹਦੇ ਵਿੱਚ ਕੋਈ ਵੀ ਦੋਸਤ ਕੋਈ ਚੀਜ਼ ਲੈਣ ਆਉਂਦਾ ਉਹ ਆਪਣੀ ਖੁਦ ਤਸੱਲੀ ਕਰ ਲਵੇ ਆਟੋ ਕਿਸਾਨ ਆਟੋ ਆਰਗੇਨਾਈਜੇਸ਼ਨ ਹੈ ਜਾਂ ਆਦਮ ਟ੍ਰੈਕਟਰ ਇਹਦਾ ਜਵਾਬਦਾਰ ਕੋਈ ਨਹੀਂ ਬਾਕੀ ਤੁਹਾਨੂੰ ਅਸੀਂ ਇਹਨਾਂ ਦੇ ਰੇਟ ਜਿਹੜੇ ਨੇ ਵਿਜ਼ਿਟ ਕੀਤਾ ਕਿ ਰੇਟ ਤੁਸੀਂ ਆਪੇ ਫਾਈਨਲ ਕਰ ਸਕਦੇ ਹੋ ਕਿ ਇੱਥੇ ਠੀਕ ਨੇ ਜਾਂ ਤੁਹਾਡੇ ਆਪਣੇ ਏਰੀਆ ਦੇ ਵਿੱਚ ਠੀਕ ਨੇ ਹਾਂਜੀ ਤੁਸੀਂ ਆਪਣਾ ਫੋਨ ਨੰਬਰ ਦੇ ਦਿਓ ਜੀ ਜੀ 037434279578 ਆਇਸਤਾ ਆਇਸਤਾ 0342 43 03743 42 79578 ਜੀ ਦੋਸਤੋ ਨੰਬਰ ਤੁਹਾਡੇ ਕੋਲ ਆ ਗਿਆ ਹੁਣ ਤੁਹਾਡੇ ਕੋਲ ਇਜਾਜ਼ਤ ਚਾਹਨੇ ਆ ਅੱਲਾ ਫੇ